Ahora es el campaña. ਉਸ ਤੋਂ ਇਲਾਵਾ 50 ਲੱਖ ਰੁਪਿਆ ਜਿਹੜਾ ਬਾਰੀ ਵਾਸਤੇ ਬਾਰੀ ਸੋਲਗ ਵਾਸਤੇ ਜਿਹੜਾ ਹੈ ਉਹ ਦੇ ਦਿੱਤਾ 50 ਲੱਖ ਰੁਪਿਆ ਕਿਨੇ ਸੋਲਗ ਜਿਹੜੇ ਵੀ ਸੋਲਗ ਸਲਵਾਣੇ ਨੇ 50 ਲੱਖ ਦੇ ਲੋਹਾ ਲੋਕ ਬਾਅਦ ਵਿੱਚ ਹੋਰ ਦੂਰ ਤੇ ਹੋਰ ਇਨਸ਼ਾ ਅੱਲਾਹ ਮੈਂ ਕਰਾ ਦੇਵਾਂ ਤੁਹਾਡੇ ਪਾਣੀ ਦੀ ਨਿਕਾਸੀ ਦਾ ਜਿਹੜਾ ਮਸਲਾ ਹੈ ਉਹ ਨੇਰਾ ਬਾਰੀ ਗਾਣੀ ਰੰਡਿਆਲੀ ਇਹ ਲੱਗੀ ਹੈ 7-8 ਪਿੰਡ ਜਿਹੜੇ ਸ਼ਾਮਲ ਹਨ ਇਹਨਾਂ ਵਾਸਤੇ 5 ਕਰੋੜ ਰੁਪਇਆ ਜਿਹੜਾ ਮੈਂ ਦੇ ਦਿੱਤਾ ਹੈ ਇਨਸ਼ਾਅੱਲਾ ਗਲੀਆਂ ਲਾਈਆਂ ਹੁਣ ਇੱਥੇ ਸਾਰੇ ਮਸਾਇਲ ਸਾਰੇ ਮੁਤਾਲਬੇ ਯਕਦਮ ਤੇ ਪੂਰੇ ਹੋ ਨਹੀਂ ਸਕਦੇ ਅਜੇ ਮੈਨੂੰ ਬਣਿਆ ਵੀ ਜ਼ਿਆਦਾ ਹਾਸਾ ਨਹੀਂ ਹੋਇਆ ਅਤੇ ਇਸ ਵਾਸਤੇ ਵਾਰੀ ਵਾਰੀ ਕਰਕੇ ਇੱਕ ਇੱਕ ਕਰਕੇ ਇਨਸ਼ਾਅੱਲਾ ਤਾਲਾ ਕਰ ਰਹੇ ਹਾਂ ਅੱਲਾ ਤਾਲਾ ਮਨਜ਼ੂਰ ਹੋਇਆ ਅਤੇ ਜੇ 10 ਮਹੀਨੇ ਹਕੂਮਤ ਦੇ ਰਹਿ ਗਏ ਇੱਕ ਇੱਕ ਕਰਕੇ ਬਾਕੀ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਗੈਸ ਵਾਲਾ ਮੁਤਾਲਬਾ ਹੈ ਉਹਦੇ ਵਾਸਤੇ ਮੈਂ ਇੱਥੋਂ ਗੁਜਰਾਤ ਤੋਂ ਲਾਹੌਰ ਤੋਂ ਸਾਰੀ ਮਨਜ਼ੂਰੀ ਲੈ ਕੇ ਅਤੇ ਇੱਥੇ ਇਸਲਾਮਾਬਾਦ ਫਾਇਲ ਜਮ੍ਹਾਂ ਕਰਵਾਈਏ ਹੁਣ ਉਹਨਾਂ ਨੇ ਮਨਜ਼ੂਰੀ ਦੇਣੀ ਮੈਂ ਕਿ ਕੱਚੀ ਗੱਲ ਕਰਨੀ ਜਿਸ ਮਨਜ਼ੂਰੀ ਹੋ ਜਾਏਗੀ ਫਿਰ ਤੁਹਾਨੂੰ ਦੱਸਾਂਗੇ ਫਿਲਹਾਲ ਮੈਂ ਕੋਈ ਗੱਲ ਨਹੀਂ ਕਰ ਸਕਦਾ ਫਾਇਲ ਇਸਲਾਮਾਬਾਦ ਵਜ਼ੀਰ ਆਜ਼ਮ ਦੇ ਦਫ਼ਤਰ ਚੋਂ ਪਹੁੰਚਾ ਦਿੱਤੀ ਸੀ ਲੇਕਿਨ ਵਜ਼ੀਰ ਆਜ਼ਮ ਸਾਹਿਬ ਦਾ ਪਤਾ ਨਹੀਂ ਕਿ ਜਿਹੜੇ ਹਟ ਗਏ ਉਹ ਥੋੜਾ ਜਿਹਾ ਕੰਮ ਰੁਕਿਆ ਉਹ ਹੁੰਦੇ ਕਿ ਹੁਣ ਤੱਕ ਮੇਰਾ ਬਾੜੀ ਵਾਲਾ ਵੀ ਹੋ ਜਾਣਾ ਉਹਨਾਂ ਦੇ ਜਾਣ ਨਾਲ ਉਹਨਾਂ ਦੇ ਜਾਣ ਨਾਲ ਥੋੜੀ ਜਿਹੀ ਰੁਕਾਵਟ ਪੈਦਾ ਹੋ ਗਈ ਕਿਉਂਕਿ ਉਹ ਮੇਰੀ ਗੱਲ ਜਿਹੜੀ ਉਹ ਹਰ ਗੱਲ ਮੰਨ ਲੈਂਦੇ ਸਨ ਹੁਣ ਮੈਂ ਕੋਸ਼ਿਸ਼ ਕਰ ਰਿਹਾ ਅੱਲਾਹ ਤਾਲਾ ਮਨਜ਼ੂਰ ਹੋਇਆ ਲੇਕਿਨ ਮੈਂ ਅਜੇ ਕੋਈ ਤੁਹਾਡੇ ਨਾਲ ਗੱਲ ਨਹੀਂ ਕਰਦਾ ਜਦ ਤੱਕ ਫਾਈਨਲ ਨਾ ਹੋ ਜਾਵੇ ਉਸ ਵਕਤ ਤੱਕ ਕਰਦਾ ਕੋਸ਼ਿਸ਼ ਜਾਰੀ ਹੈ ਅੱਗੇ ਤੋਂ ਜ਼ਿਆਦਾ 80% ਕੰਮ ਹੋ ਚੁੱਕਿਆ ਹੈ ਲੇਕਿਨ ਜਦ ਤੱਕ 100% ਨਾ ਵੀ ਉਸ ਵਕਤ ਗੱਲ ਕਰਨ ਦਾ ਫਾਇਦਾ ਨਹੀਂ ਤੇ ਗਲਤ ਗੱਲ ਕਰਨੀ ਨਹੀਂ ਚਾਹੀਦੀ ਬਾਕੀ ਹੱਥੋਂ ਵਿੱਚ ਕੋਈ ਕੰਮ ਨਹੀਂ ਹੋਇਆ ਬਾਕੀ ਜਿਸ ਤਰ੍ਹਾਂ ਮੈਂ ਪਹਿਲਾਂ ਤੋਂ ਦੱਸਿਆ ਕਿ ਤੁਹਾਡਾ ਹੱਕ ਬਣਦਾ ਇਹ ਕੋਈ ਸ਼ੁਕਰੀਆ ਵਾਲੀ ਗੱਲ ਨਹੀਂ ਨਾ ਕੋਈ ਮੇਰਾ ਇਹਸਾਨ ਹੈ ਜਾਂ ਦੇਣ ਹੈ ਗੱਲ ਇਹ ਕਰੀਏ ਕਿ ਤੁਹਾਡਾ ਹੱਕ ਬਣਦਾ ਹੈ ਅਤੇ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਡਾ ਹੱਕ ਹਕੂਮਤ ਕੋਲ ਲੈ ਕੇ ਬਣ ਗਿਆ ਮੈਂ ਇਸ ਤਰ੍ਹਾਂ ਕਰ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਔਰ ਇਹ ਮੈਂ ਸਮਝਦਾ ਕਿ ਤੁਸੀਂ ਹੱਕ ਆਪਣਾ ਆਪ ਨਹੀਂ ਲੈ ਸਕਦੇ ਲਾਹੌਰ ਵਾਲੇ ਲੈ ਸਕਦੇ ਨੇ ਵੱਡੇ ਸ਼ਹਿਰਾਂ ਲੈ ਸਕਦੇ ਨੇ ਜਲੂਸ ਕੱਢਦੇ ਨੜਤਾਲਾਂ ਕੱਢਦੇ ਬਾਜ਼ਾਰ ਬੰਦ ਕਰਕੇ ਰੌਲਾ ਪਾਉਂਦੇ ਨੇ ਉਹਦੀ ਆਵਾਜ਼ ਸੁਣੀ ਜਾਂਦੀ ਹੈ ਪਿੰਡਾਂ ਦੀ ਆਵਾਜ਼ ਜਿਹੜੀ ਹੁੰਦੀ ਉਹ ਇਤਨੀ ਜ਼ੋਰਦਾਰ ਨਹੀਂ ਹੁੰਦੀ ਇਸ ਵਾਸਤੇ ਇਹ ਸਾਡਾ ਫਰਜ਼ ਬਣਦਾ ਹੈ ਕਿ ਤੁਸੀਂ ਕਿਉਂਕਿ ਆਪਣਾ ਹੱਕ ਹਕੂਮਤ ਕੋਲੋਂ ਨਹੀਂ ਲੈ ਸਕਦੇ ਸਾਡਾ ਫਰਜ਼ ਬਣਦਾ ਹੈ ਜਿਹੜੇ ਅਸੀਂ ਤੁਹਾਡੇ ਨੁਮਾਇੰਦੇ ਨੂੰ ਕਹਿ ਬੋਲੇ ਹਾਂ ਸਾਡਾ ਫਰਜ਼ ਬਣਦਾ ਕਿ ਤੁਹਾਡਾ ਹੱਕ ਹਕੂਮਤ ਕੋਲ ਲੈ ਕੇ ਤੁਹਾਨੂੰ ਦਈਏ ਤੇ ਮੈਂ ਆਪਣਾ ਫਰਜ਼ ਅਦਾ ਕਰ ਰਿਹਾ ਇਨਸ਼ਾਅੱਲਾ ਤਾਲਾ ਅੱਲਾ ਮਨਜ਼ੂਰ ਹੋਇਆ ਤੇ ਇਨਸ਼ਾਅੱਲਾ ਕਰਦਾ ਰਹਾਂਗਾ ਔਰ ਕੋਸ਼ਿਸ਼ ਇਹ ਕਿ ਅਗਲੇ ਇਲੈਕਸ਼ਨ ਤੋਂ ਜਾਂ 10 ਮਹੀਨੇ ਬਾਅਦ ਜਾਂ 11 ਮਹੀਨੇ ਹੋਣੇ ਨਾ ਉਸ ਤੋਂ ਪਹਿਲਾਂ ਫਲੋ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਫਿਰ ਮਸਾਇਲ ਇਤਨੇ ਜ਼ਿਆਦਾ ਹੁੰਦੇ 15 ਸਾਲ ਦੇ ਰੁਕੇ ਨੇ ਮਸਾਇਲ ਨੇ ਜਿੱਥੇ ਜਿੱਥੇ ਗਿਆ ਨਾ 10-10-20 ਮੁਤਾਲਬੇ ਹਰ ਪਿੰਡ ਦੇ ਹੁਣ ਇਤਨੇ ਥੋੜ੍ਹੇ ਅਰਸੇ ਵਿੱਚ 15 ਸਾਲ ਦੇ ਜਿਹੜੇ ਮੁਤਾਲਬਾਤ ਇਕੱਠੇ ਹੋਏ ਉਹ 15 ਮਹੀਨਿਆਂ ਵਿੱਚ ਹੱਲ ਨਹੀਂ ਹੋ ਸਕਦੇ ਨਾ ਵਾਰੀ ਵਾਰੀ ਹੋ ਰਹੇ ਨੇ ਇਹਨਾਂ ਦੇ ਬਾਵਜੂਦ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਕਾਫੀ ਹੱਦ ਤੱਕ ਅੱਲਾਹ ਤਾਲਾ ਕਾਮਯਾਬੀ ਦੇ ਰਿਹਾ ਔਰ ਕਾਫੀ ਹੱਦ ਤੱਕ ਜਿਹੜੇ ਮਸਾਇਲ ਹੱਲ ਹੋ ਰਹੇ ਨੇ ਇਨਸ਼ਾਅੱਲਾ ਬਾਕੀ ਵੀ ਕੋਸ਼ਿਸ਼ ਕਰਾਂਗੇ ਬਾਕੀ ਅੱਲਾਹ ਤਾਲਾ ਮਨਜ਼ੂਰ ਹੋਏ ਬੜੀ ਮਿਹਰਬਾਨੀ।